Bhagwant Mann has lashed out at Captain Government for imposing Rs. 1 as a bottling tax on the sale of liquor bottles in Punjab. Mann has said that it is a good way of selling liquor and making money from liquor addicts in Punjab. Mann has said that after SDM Kot Kapura's recent statement, it is very clear that Mantar Barar is also involved in Behbal Kalan Goli Kand, as he is vanished after this incident. While responding to the press queries, Mann has said that in a day or two, they will announce the joint alliance between Taksali and our party. ਨਹੀਂ ਹਜੇ ਤੱਕ ਗੱਲਬਾਤ ਚੱਲ ਰਹੀ ਹੈ ਸੋ ਹਜੇ ਕੋਈ ਇਸ ਤਰ੍ਹਾਂ ਦਾ ਫਾਈਨਲ ਨਹੀਂ ਹੋਇਆ ਇੱਛਾ ਵੇਚ ਕੇ ਨਸ਼ਾ ਛਡਾਊ ਕੰਪ ਠੀਕ ਹੈ ਨਾ ਸੋ ਇਹ ਇਹਨਾਂ ਦੀਆਂ ਪਾਲਿਸੀਆਂ ਹੋਰ ਨੇ ਦੇਖੋ ਜੇ ਰੈਵਨਿਊ ਇਕੱਠਾ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਦੇ ਵਾਸਤੇ ਪਾਲਿਸੀ ਬਣਾਓ ਕੋਈ ਇੰਡਸਟਰੀਅਲ ਪਾਲਿਸੀ ਨਹੀਂ ਕੋਈ ਐਜੂਕੇਸ਼ਨ ਦੀ ਪਾਲਿਸੀ ਨਹੀਂ ਕੋਈ ਖੇਤੀਬਾੜੀ ਦੀ ਪਾਲਿਸੀ ਨਹੀਂ ਨਾ ਕੋਈ ਇਹ ਕੇਸ ਪੁੱਟ ਅਪ ਕਰਦੇ ਆ ਉੱਥੇ ਸੈਂਟਰ ਕੋਲੇ ਬਸ ਸਿਰਫ ਕੈਪਟਨ ਸਾਹਿਬ ਤੱਕ ਘਰੋਂ ਬਾਹਰ ਨਿਕਲੇ ਨਹੀਂ 2 ਸਾਲ ਹੋ ਗਏ 3 ਜਾਂ 4 ਵਾਰ ਦਫ਼ਤਰ ਗਏ ਨੇ ਉਹ ਜਦੋਂ ਕਪਤਾਨ ਹੀ ਗਰਾਊਂਡ 'ਚ ਨਹੀਂ ਜਾਂਦਾ ਫਿਰ ਟੀਮ ਤਾਂ ਜਿਹੜੀ ਆਪਦੀ ਮਨਮਰਜ਼ੀ ਨਾਲ ਖੇਡੂਗੀ ਜਿਹਦੇ ਹੱਥ 'ਚ ਬੈਟ ਆ ਗਿਆ ਉਹ ਬੈਟਿੰਗ ਕਰੀ ਜਾਂਦਾ ਜਿਹਦੇ ਹੱਥ 'ਚ ਬਾਲ ਆ ਗਈ ਉਹ ਕਹਿੰਦਾ ਮੈਂ ਉਹ ਬੋਲਿੰਗ ਕਰੂੰਗਾ ਨਿਊਜ਼ ਬਾਈ ਟੋਨੀ ਸ਼ਰਮਾ ਫਰੋਮ ਸੰਗਰੂਰ ਫਰ ਬ੍ਰਾਈਟ ਪੰਜਾਬ ਐਕਸਪ੍ਰੈਸ